ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗ ਜੀਓ ਆਓ ਸਾਰੀਆਂ ਸੰਗਤਾਂ ਰਸਨਾ ਸਫਰੀ ਬਣਾਓ ਸਿਮਰਨ ਰਾਹੀਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਇੱਕ ਮਿਕਤਾ ਪ੍ਰਾਪਤ ਕਰਨ ਵਾਸਤੇ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੇ ਪਿਆਰ ਵਿੱਚ ਭਿੱਜ ਕੇ ਜਪੀਏ ਜੀ ਵਾਹਿਗੁਰੂ 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 ਵਾਹਿ
Vaheguru, 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 Vaheguru. तुद दे वडना साईया 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 वडना
तुद जे वडना साईया 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 तुद जे वडना तुद जे वडना साईया मैं चारे कुंडा पालियां 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 मैं चारे कुंडा पालियां चारे कुंडा चारे कुंडा पालियां चारे कुंडा पालियां चारे कुंडा पालियां चारे कुंडा पालियां मैं चारे कुंडा पालियां चारे कुंडा पालियां मैं चारे तुद जे वडना साईया 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 मन लोचै हर मिलन को क्यों दर्शन पाइया मैं लख विड़ते साहेबा जे बिंद बुलाइया मैं चारे कुंडा पालियां तुद जे वडना साईयां मैं दसे हो मार्ग संत हो क्यों प्रभु मिलाइया मन अर्पिहो हो मैं तजहो इत पंथ जुलाइया नित सेव हो साहिब अपना सत संग मिलाइया सबे आसा पूरियां गुर महल बुलाइया तुद जेव डोहोर ना सुजई मेरे मित्र गोसाइया
तुद देवड ना साइया 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 चारे कुंडा पालियां 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 चारे तुद देवड ना साइया तुद देवड ना साइया तुद देवड ना साइया तुद देवड ना साइया फरीदा दे जाना लड़ छिजना पीटी पाई गंद तै देवड़ में नाहे को सब जग डिठा हंड जुग हो जुग अटल तख्त चबर सत्र दे मालक बाणी गुरु शब्द गुरु धन 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 सतगुरु साहिब श्री गुरु ग्रंथ साहिब सच्चे पातशाह जी दी पावन पवित्र हजूरी विच जुड़ बैठी गुरु रूप साध संग जीओ आओ साहिब जी दे पावन चरणा में सीस झुकाइए फतेह दा सिमरन करो सारे प्यार नाल बोलो जी वाहिगुरु जी का खालसा वाहिगुरु जी की फतेह। साहब जी ने महान कृपा करके समुचियां संगतां नूं कुछ घड़ियां जीवन दे सफल करन दीआं बख्शिश कीतियां हन। आओ ध्यान नूं सुरतां नूं एकाग्र करिए विचार दी रमता तों पहलां सतगुरु सच्चे पातशाह जी दे चरणां विचों मन दा टिकाओ एकाग्रता दी दात मंगिए। कोई भी रसना वांझी ना रहे आओ सारे मिलके उचारण करो जी सतनाम श्री वाहे गुरु। दो दिन पहला रजा दा पाने दा साकार रूप धन गुरु अंगद देव सच्चे पातशाह जी दा गुरता गदी दिवस लंघ के गया है अते दो दिन बाद आने वाली 7 तरीक नूं साहिब श्री गुरु नानक देव सच्चे पातशाह जी दा ज्योति जोत दिवस आ रहा है। आओ साहिब जी दे चरणा विच अरदास जोदड़ी करिए।
ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਰਹਿਮ ਕਰੋ, ਸਿਰ ਤੇ ਹੱਥ ਧਰ ਕੇ ਆਪਣੇ ਮਹਾਨ ਜੀਵਨ ਦੀਆਂ ਉਹ ਵਿਚਾਰਾਂ ਸਾਡੀ ਝੋਲੀ ਵਿੱਚ ਪਾਓ। ਅਸੀਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਤੁਰ ਅੰਦਰੋਂ ਨਿਰੰਕਾਰ ਦੇ ਚਰਨਾਂ ਨਾਲ ਜੁੜ ਸਕੀਏ। ਆਓ, ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਪਿਆਰ ਵਾਲੀਆਂ ਸੰਗਤਾਂ, ਭਾਵਨਾ ਵਾਲੀਆਂ ਸੰਗਤਾਂ ਗੁਰੂ ਕੀ ਗੋਦ ਵਿੱਚ ਪਹੁੰਚੀਆਂ ਨੇ, ਜਿਨ੍ਹਾਂ ਬਚਨਾਂ ਦਾ ਕੀਰਤਨ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, ਉਹਨਾਂ ਬਚਨਾਂ ਦੀ ਵਿਚਾਰ ਦੇ ਆਧਾਰ ਦੇ ਉੱਤੇ ਆਪਣੇ ਮਨ ਨੂੰ ਟਿਕਾਈਏ, ਮਨ ਨੂੰ ਕੇਂਦਰਿਤ ਕਰੀਏ, ਤਾਂ ਜੋ ਗੁਰੂ ਦੀ ਸਿੱਖਿਆ, ਸਾਹਿਬ ਜੀ ਦਾ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵੱਸ ਸਕੇ। ਮਨ ਲੋਚੈ ਹਰ ਮਿਲਣ ਕੋ, ਕਿਉਂ ਦਰਸ਼ਨ ਪਾਈਆ। ਆ ਜਿੰਨਾ ਕੁਝ ਵੀ ਆਪਾਂ ਕਰ ਰਹੇ ਹਾਂ ਨਾ ਗੁਰਮੁਖੋ, ਇਹ ਪਿਆਰੇ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ। ਆ ਗੁਰਦੁਆਰਾ ਸਾਹਿਬ ਕਿਉਂ ਬਣਾਇਆ, ਲੰਗਰਾਂ ਦੀਆਂ ਸੇਵਾਵਾਂ, ਹੋਰ ਬੇਅੰਤ ਪ੍ਰਕਾਰ ਦੀਆਂ ਸੇਵਾਵਾਂ, ਇਹਨਾਂ ਦੇ ਕਰਨ ਦੇ ਪਿੱਛੇ ਭਾਵਨਾ ਕੀ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦੈ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਂ। ਮਨ ਲੋਚੈ ਹਰ ਮਿਲਣ ਕੋ, ਪਰਮਾਤਮਾ ਦੇ ਮਿਲਾਪ ਵਾਸਤੇ ਮਨ ਤਾਂਘਦਾ, ਮਨ ਲੋਚਦਾ, ਲੋਚਾ ਤੋਂ ਵਿਹੋਣੇ ਹਿਰਦੇ ਨੂੰ, ਬਿਰਹਾ ਤੋਂ ਵਿਹੋਣੇ ਹਿਰਦੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਕੁਝ ਇਸ ਤਰ੍ਹਾਂ ਦੇ ਬਚਨਾਂ ਦੇ ਨਾਲ ਪੁਕਾਰਿਆ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਨ ਮਸਾਨ। ਜਿਸ ਹਿਰਦੇ ਵਿੱਚ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਨਹੀਂ ਹੋਇਆ, ਉਹਦੇ ਮਿਲਾਪ ਦੀ ਭੁੱਖ ਨਹੀਂ ਜਾਗੀ, ਉਹ ਬਿਲਕੁਲ ਮਨਸਾਨ ਦੀ ਤਰ੍ਹਾਂ ਕਠੋਰ, ਸਖਤ ਅਤੇ ਸੁੰਨ ਸਮਾਨ ਹਿਰਦਾ, ਪਰਮਾਤਮਾ ਦਾ ਪਿਆਰ, ਉਹਦੇ ਮਿਲਣ ਦੀ ਤਾਂਘ, ਉਹਦੇ ਦਰਸ਼ਨਾਂ ਦੀ ਪਿਆਸ, ਜਿਨ੍ਹਾਂ ਹਿਰਦਿਆਂ ਵਿੱਚ ਲੱਗ ਗਈ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਬਚਨ ਬਖਸ਼ਿਸ਼ ਕਰਕੇ ਨਿਵਾਜਿਆ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਅੱਜ ਇੰਨਾ ਸਮਾਗਮ ਚੱਲਣਾ ਨਾ ਗੁਰਮੁਖੋ, ਅਰਦਾਸ ਕਰੀਏ ਸੱਚੇ ਪਾਤਸ਼ਾਹ, ਅਸੀਂ ਰੋਗੀ ਹਾਂ, ਅਸੀਂ ਬਿਮਾਰ ਹਾਂ, ਜੇ ਬਿਮਾਰ ਨਾ ਹੁੰਦੇ ਤੇ ਫਿਰ ਗੁਰੂ ਕੋਲ ਆਉਣ ਦਾ ਕੋਈ ਮਕਸਦ ਹੀ ਨਹੀਂ ਸੀ ਆਪਣਾ। ਆਪਣੀ ਬਿਮਾਰੀ ਦਾ ਕਾਰਨ ਹੈ ਆਪਾਂ ਗੁਰਦੁਆਰੇ ਆਏ ਹਾਂ, ਕਿਉਂਕਿ ਸਤਿਗੁਰੂ ਇਸ ਤਰ੍ਹਾਂ ਦਾ ਵੈਦ ਹੈ ਜਿਹੜਾ ਜਨਮਾਂ ਜਨਮਾਂ ਦੇ ਰੋਗਾਂ ਨੂੰ ਨਿਵਿਰਤ ਕਰਨ ਵਾਸਤੇ ਸਮਰੱਥ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮੇਰੇ ਸਾਹਿਬ ਜੀ, ਜਿਸ ਬੰਦੇ ਨੂੰ ਬੁਖਾਰ ਚੜ੍ਹਦੇ ਉਹਨੂੰ ਪ੍ਰਸ਼ਾਦੇ ਦੀ ਭੁੱਖ ਨਹੀਂ ਲੱਗਦੀ, ਉਹਨੂੰ ਮਿੱਠੀਆਂ ਚੀਜ਼ਾਂ ਵੀ ਕੌੜੀਆਂ ਲੱਗਦੀਆਂ, ਤੇ ਜਿਸ ਹਿਰਦੇ ਨੂੰ ਹਉਮੈ ਦਾ ਤਾਪ ਚੜ੍ਹ ਜੇ, ਹੰਕਾਰ ਦਾ ਬੁਖਾਰ ਹੋ ਜੇ, ਉਹਨੂੰ ਤੇਰੇ ਦਰਸ਼ਨਾਂ ਦੀ ਭੁੱਖ ਨਹੀਂ ਲੱਗਦੀ, ਉਹਨੂੰ ਤੇਰੇ ਨਾਮ ਦੀ ਭੁੱਖ ਨਹੀਂ ਲੱਗਦੀ, ਅਸੀਂ ਅਰਦਾਸ ਤੇਰੇ ਚਰਨਾਂ ਵਿੱਚ ਕਰਨ ਵਾਸਤੇ ਜੁੜੇ ਹਾਂ, ਸਾਨੂੰ ਹਿਰਦੇ ਦੀ ਤੰਦਰੁਸਤੀ ਬਖਸ਼, ਸਾਨੂੰ ਮਨ ਦੀ ਤੰਦਰੁਸਤੀ ਬਖਸ਼ਿਸ਼ ਕਰੋ ਸਾਹਿਬ ਜੀ, ਅਸੀਂ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰੀਏ। ਕਿਹੜੀ ਅਰਦਾਸ? ਸਾਰੀਆਂ ਸੰਗਤਾਂ ਪੜੋ ਪਿਆਰ ਨਾਲ।
ਪਹਿਲੋਂ ਦਾਸ ਬੋਲੇਗਾ ਫਿਰ ਸਾਰੇ ਵੀਰ ਤੀਸਰੇ ਹਿੱਸੇ ਵਿੱਚ ਭੈਣਾਂ ਨੂੰ ਬੇਨਤੀ ਹੈ ਸਾਰੇ ਕਿਰਪਾ ਕਰੋ ਆਓ ਰਲ ਕੇ ਅਰਦਾਸ ਕਰੀਏ ਦਰਸ ਤੇਰੇ ਕੀ ਪਿਆਸ ਮਨ ਲਾਗੀ ਦਰਸ ਤੇਰੇ ਕੀ ਪਿਆਸ ਮਨ ਲਾਗੀ ਦਰਸ ਤੇਰੇ ਪਿਆਸ ਮਨ ਲਾਗੀ ਸਾਰੇ ਬੋਲੋ ਦਰਸ ਤੇਰੇ ਪਿਆਸ ਮਨ ਲਾਗੀ ਸਹਿਜ ਆਨੰਦ ਵਸੈ ਬੈਰਾਗੀ ਸਹਿਜ ਆਨੰਦ ਵਸੈ ਬੈਰਾਗੀ ਸਹਿਜ ਆਨੰਦ ਵਸੈ ਬੈਰਾਗੀ ਸਹਿਜ ਆਨੰਦ ਵਸੈ ਬੈਰਾਗੀ ਦਰਸ ਤੇਰੇ ਕੀ ਪਿਆਸ ਮਨ ਲਾਗੀ 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 ਸਹਿਜ ਆਨੰਦ ਵਸੈ ਬੈਰਾਗੀ ਮਨ ਲੋਚੈ ਹਰ ਮਿਲਣ ਕੋ ਹੁਣ ਅਗਲਾ ਪ੍ਰਸ਼ਨ ਕੀ ਹੈ ਕਿਉਂ ਦਰਸ਼ਨ ਪਾਈਆ ਉਹਦੇ ਦਰਸ਼ਨ ਆਖਿਰ ਪ੍ਰਾਪਤ ਕਿਸ ਤਰ੍ਹਾਂ ਹੋ ਸਕਣ ਅੰਦਰੂਨੀ ਤੌਰ ਤੇ ਉਹਦੀ ਨੇੜਤਾ ਹਿਰਦੇ ਨੂੰ ਕਿਵੇਂ ਪ੍ਰਾਪਤ ਹੋ ਸਕੇ ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ ਇਹ ਪ੍ਰਸ਼ਨ ਕਰਨਾ ਗੁਰੂ ਦੇ ਚਰਨਾਂ ਵਿੱਚ ਮੈਂ ਲੱਖ ਵਿੜਤੇ ਸਾਹਿਬਾਂ ਜੇ ਬਿੰਦ ਬੁਲਾਈਆਂ ਦੁਨੀਆਂ ਦੇ ਲੋਕ ਉਦੋਂ ਕਿਸੇ ਨੂੰ ਧਨਵੰਤ ਅਮੀਰ ਬੰਦਾ ਕਹਿੰਦੇ ਆ ਜਦੋਂ ਉਹਦਾ ਘਰ ਵੱਡਾ ਬਣ ਜੇ ਜਦੋਂ ਮਾਇਆ ਦਾ ਅੰਬਾਰ ਜੀਵਨ ਵਿੱਚ ਲੱਗ ਜੇ ਪਰ ਸਾਹਿਬ ਜੀ ਮੈਂ ਵੀ ਅਮੀਰ ਬਣਨਾ ਚਾਹੁੰਦਾ ਲੱਖਪਤੀ ਬਣਨਾ ਚਾਹੁੰਦਾ ਪਰ ਮੈਂ ਲੱਖਪਤੀ ਉਸ ਦਿਨ ਬਣਾਂਗਾ ਜਿਸ ਦਿਨ ਤੂੰ ਮੇਰੇ ਨਾਲ ਕੋਈ ਗੱਲ ਕਰੇਗਾ ਤੂੰ ਮੇਰੇ ਨਾਲ ਕੋਈ ਬਚਨ ਕਰੇਗਾ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਲੱਖ ਵਿੜਤੇ ਸਾਹਿਬਾਂ ਜੇ ਬਿੰਦ ਬੁਲਾਈਆਂ ਇੱਕ ਪਿਲ ਵਾਸਤੇ ਇੱਕ ਘੜੀ ਵਾਸਤੇ ਤੂੰ ਮੈਨੂੰ ਆਵਾਜ਼ ਦੇ ਕੇ ਕਹਿ ਦਵੇਂ ਤੂੰ ਮੈਨੂੰ ਆਪਣਾ ਸਿੱਖ ਪ੍ਰਵਾਨ ਕਰ ਲਵੇ ਮੇਰੇ ਸਾਹਿਬ ਜੀ ਮੈਂ ਉਸ ਦਿਨ ਸਮਝਾਂਗਾ ਕਿ ਮੈਂ ਸਭ ਤੋਂ ਅਮੀਰ ਹੋ ਗਿਆ ਮੈਂ ਲੱਖਪਤੀ ਬਣ ਗਿਆ ਮੈਂ ਦੱਸਿਓ ਮਾਰਗ ਸੰਤ ਹੋ ਕਿਉਂ ਪ੍ਰਭੂ ਮਿਲਾਈਆ ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਸਾਈਆਂ ਸੰਸਾਰ ਦੀਆਂ ਚਾਰੇ ਦਿਸ਼ਾਵਾਂ ਚੰਗੀ ਤਰ੍ਹਾਂ ਪੜਤਾਲ ਕਰਕੇ ਖੋਜ ਕਰਕੇ ਮੈਂ ਦੇਖ ਲਈਆਂ ਤੇਰੇ ਜੈਸਾ ਮੈਨੂੰ ਸੰਸਾਰ ਦੇ ਵਿੱਚ ਨਜ਼ਰ ਕੋਈ ਨਹੀਂ ਆਈ ਸਿੱਖਾ ਇਹ ਬਿਰਤੀ ਮੰਗ ਗੁਰੂ ਦੇ ਚਰਨਾਂ ਵਿੱਚੋਂ ਤੇਰੀਆਂ ਅੱਖਾਂ ਨੂੰ ਸਭ ਤੋਂ ਜ਼ਿਆਦਾ ਗੁਰੂ ਪਿਆਰਾ ਲੱਗਣਾ ਚਾਹੀਦਾ ਤੇਰੇ ਨੇਤਰਾਂ ਨੂੰ ਸਭ ਤੋਂ ਵੱਡਾ ਤੇ ਸਭ ਤੋਂ ਮਹਾਨ ਤੇਰਾ ਸਤਿਗੁਰੂ ਲੱਗ ਜੇ ਆਪਾਂ ਹੁਣੇ ਬੱਚਿਆਂ ਤੋਂ ਨਿਤਨੇਮ ਸਾਹਿਬ ਦੀ ਬਾਣੀ ਸਰਵਣ ਕੀਤੀ ਨਾ ਗੁਰਮੁਖ ਬਚਨ ਆਏ ਸੀ ਮਹਾਰਾਜ ਜੀ ਦੇ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਜਦੋਂ ਤੂੰ ਤੈਨੂੰ ਦੇਖਿਆ ਨਾ ਮੇਰੇ ਸਾਹਿਬ ਜੀ ਮੇਰੀਆਂ ਅੱਖਾਂ ਨੂੰ ਹੋਰ ਕੁਝ ਭਾਉਂਦਾ ਨਹੀਂ ਤੇਰੇ ਤੋਂ ਬਿਨਾਂ ਐਸੀ ਤ੍ਰਿਪਤੀ ਐਸੀ ਸੰਤੁਸ਼ਟੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਿੱਚੋਂ ਸਾਨੂੰ ਪ੍ਰਾਪਤ ਹੋ ਜੇ
मैं चारे कुंडा पालियां तुद जेवड़ ना साईयां तेरे जैसा होर मेनू कोई नजर नहीं आंदा मैं दसे हो मार्ग संत हो क्यों प्रभु मिलाईया हे रब दे प्यारे हो मेनू रस्ता दस दियो मेनू पंथ दस दियो मेनू मार्ग बतला दियो जिदे उत्ते चल के मैं अपने प्यारे नू मिल सकता हुण जवाब आंदा गुरमुख जिहो जी साडी चाहत होगी ना बाणी उस तरह के जवाब दिंदी है पहला संबंध बनाइए फिर पुछिए गुरु नू ते जवाब मिलदा साहब जी कहिंदे मन अर्पिहो होमै तजो इत पंथ जलाइया बस एक चीज फड़नी है ते दूजी छड़नी है इन्ना ही काम करना अपने जीवन विच परमात्मा दा रूप बन जाएगा भाई ते मन दे दे गुरु नू ते होमै छड़ दे मन गुरु दे चरणा विच भेट कर दे मन विच सतगुरु के पास ते सेवक है कार्ज रास सब तो वड्डा कार्ज की है भई प्राप्त मानुख देहुरिया गोबिंद मिलन की एह तेरी बरिया एह कार्ज रास आजे मन अर्पिहो हम मैं तजो इत पंथ जुलाइया मन दे दे गुरु दे चरणा विच मन भेटा कर दे आपां धन भेटा कीता गुरमुख नूं धन ते दिता ही गुरु ने सी ये बख्शा ही गुरु ने सी शरीर परमात्मा ने दिता शरीर नाल धन कमाया आपां ते जे शरीर परमात्मा दा है तन परमात्मा दा दिता होया ते फिर तन दे नाल कमाया होया धन भी ते उहदा ही है इस करके सतगुरु सच्चे पातशाह जी ने मन ते बहुता जोर दिता मन अर्पिहो होमै तजो इत पंथ जुलाइया मन दे दे होमै नू छड़ दे ए पंथ दे नाल जुड़ जा इस मार्ग नू फड़ लै नित सेवहो साहिब अपना सत संग मिलाइया इकल्या ऐतवार नू नहीं किसे दे सदे भेजिया नहीं गुरु दे प्यारिया हर रोज नित नित सत संगत विच मिल के परमात्मा दे नाम अमृत नू पीना शुरू कर दे मिलना की है गुरमुख सत संगत विच आउण वाले बहुत हुंदे ने सत संगत विच मिलन वाले बड़े थोड़े सत संगत विच आउणा होर चीज है सत संगत विच मिल जाना होर चीज है आए आपां सुनिया सुनाया ज्ञान इकट्ठा कीता नॉलेज वाधा हो गया अपने घरां नूं वापस मुड़ गए सत संगत विच मिलना की है अपनी होंद नूं अपनी होमै नूं अपने अहं भाव नूं छड़ के गुरु दे ख्यालां नाल ख्याल मिलाउणे गुरु दी विचार नाल अपने हिरदे दी विचार नूं एकमिक करना गुरु दे सुभाअ नाल अपने सुभाअ नूं मैच करना गुरु दे हुकम दे अनुसार अपने जीवन नूं ढाल लेना इह है सत संगत विच आ के मिलना नित सेवहो साहिब अपना सत संग मलाइया नित हर रोज सत संगत दी लोड़ महसूस करनी जीवन च इहदे विच मिल जाना अपने आप नूं खो देना हमें हंकार नूं तज देना धन गुरु नानक देव सच्चे पातशाह जी दा ज्योति जोत दिवस मनाउणा परसों नूं आपां गुरमुखो आओ गुरु नानक देव सच्चे पातशाह जी दे उस अगमी जीवन दे कुछ नज़ारे अपने हिरदे दे दर्पण विच तकीए अज गुरु नानक देव सच्चे पातशाह जी पटना साहब दी धरती ते गए पटना साहब नाम उदों पिया जदों कलगियां वाले पातशाह जी दी आमद होई उस तो पहला इह शहर दे कई नाम रखे गए वक्त अनुसार बदलदे रहे धन गुरु नानक देव सच्चे पातशाह जी गए ते साहब जी ने शहर तो बाहर बार जाके
आसन लगाया भाई मरदाना जी दे समेत साहब जी ने गुरबाणी दा कीर्तन किया। कोई सुन वाला नहीं आया गुरु को, कोई संगतां दा जोड़ मेल नहीं होया। भाई मरदाना जी कहंदे सच्चे पातशाह देखो इस शहर की किन्नी आबादी, किन्ने लोग इत्थे वसते आ, सारे आपो अपने कारोबार विच कमां विच मशरूफ ने, किसे ने आप जी दी संगत दा आके आनंद नहीं माणिया। धन गुरु नानक देव सच्चे पातशाह जी कहंदे भाई मरदानिया वक्त दे हुंदिया वक्त दी कदर नहीं आउंदी, जदों वक्त विहा जावे ते फिर बंदा परमात्मा दे चरणां विच हथ मल मल के अरदासां करदा कि मैनूं दो घड़ियां दे दे, मैं नाम जप लां, मैं संगत कर लवां। भाई मरदाना जी ये दुनिया का जिहड़ा खेड तमाशा, इहदे विच नाम नूं परखण वाले, नाम का वणद करन वाले विरले विरले आ। भाई मरदाना जी सतगुरु सच्चे पातशाह जी दे नाल बचन कर रहे हैं। गुरु ग्रंथ साहिब महाराज जी की पवित्र बाणी दे विच इस तरह के बचन, संसार दे लोकां दी ए हालत दर्साई गई। बड़े प्यार दे नाल महाराज जी ने बचन बख्शिश कीते, मार्ग मोती बिथरे अंधा निकसिउ आए। जोत बिना जगदीश की जगत उलंघ जाए। कहंदे रस्ते विच खलार दिते मोती, ते रस्ते विचों कोई अंधा पुरश गुजरिया, पैर नंगे सी, मोती हुण पैरां च चुभदे आ, अखां तो नजर नहीं आउंदा, चुभण महसूस करके कहंदा देखो किसे ने रस्ते विच रोड़े खलार दिते, किसे ने रस्ते विच पत्थर सिट दिते। जे नजर हुंदी, जोत हुंदी अखां विच, ते पता लग जांदा ये पत्थर नहीं, ये कीमती हीरे ने, ये कीमती मोती ने। इत्थे गुरमुखो अंधे दा भाव केवल अखां दा अंधा नहीं, जिदे अंदर हीरे नूं परखण दी बुद्धि नहीं, भावें अखां होण वी उहनूं हीरे दी कदर नहीं पै सकदी। सतगुरु सच्चे पातशाह जी पवित्र बाणी सानूं नाम हीरे दी गल करदी, ते मनुखा जन्म रूपी हीरे दी वी बात समझाई। आपां बचन पढ़दे हां साहिब जी दे, गुर का शब्द रतन है हीरे जित जड़ाओ। गुरु का शब्द रतन है, ये बाणी दे बराबर कोई हीरे जां मोती नहीं पहुंच सकते गुरमुखो। ते दूसरा हीरा की है, रहण गवाई सोए कै दिवस गवाया खाए। सारे पढ़ियो प्यार दे नाल, हीरे जैसा जन्म है, हीरे जैसा जन्म है, हीरे जैसा जन्म है, कोटि बदले जाए, हीरे जैसा जन्म है, हीरे जैसा जन्म है, कोटि बदले जाए, हीरे जैसा जन्म है। कोटि बदले जाए, हीरे जैसा जन्म है, हीरे जैसा जन्म है, कोटी बदले जाए, हीरे जैसा जन्म है, हीरे जैसा जन्म है, जन्म है।
हीरे जैसा जन्म है कौड़ी बदले जाए। इस मनुखा जन्म की जिन्हें कदर नहीं की गुरमुख, जिन्हें समय की कदर नहीं की, गुरु की कदर नहीं जान सकता। धन गुरु नानक देव सच्चे पातशाह जी भाई मरदाना जी के नाल इस तरह के वचन कर रहे। भाई मरदाना जी हाथ जोड़ के कहते सच्चे पातशाह भुख लगी प्रसाद छकना चाहना। सतगुरु गुरु नानक देव सच्चे पातशाह जी ने एक लाल दिता भाई मरदाना जी ने, मरदानिया मेरा बन के किसी अगे हाथ ना डी, मेरा होके किसी तो मंगी ना, आ लाल ले जा इनू वेच के प्रशादा तैयार करके छक। जे आप सतगुरु सच्चे पातशाह दे बन जाइए ना गुरमुख, फिर साडा भी दाता एको ही बन जाएगा। आप थां थां ते जाके नक नहीं रगड़ांगे, झोलियां नहीं अड्डांगे, फिर सानू लाज आएगी, शर्म आएगी कि असीं गुरु दे बन के क्यों थां थां ते जाके नक रगड़दे। फिर साडे अंदर बाणी दे ए बचन वस जाणगे, रे जी निलज लाज तोहे नाही, हर तज कत काहू के जाही। अपने आप नूं फिर आपां लांत पावांगे, हे मेरी जिंदड़िए निलज जिंदड़िए तेनू लाज नहीं, तेनू शर्म नहीं आउंदी, तू अपने गुरु नूं छड्ड के अपने साहिब नूं छड्ड के थावां थावां ते भटक रही है। भाई मरदाना जी नूं सतगुरु सच्चे पातशाह जी कहिंदे मेरा बन गया तू, ते जिहड़ा मैं एक वारी अपना बना लवां उन्हों फिर होर किसी दर तो मंगण की लोड़ नहीं पैण दिंदा। भाई मरदाना जी लाल लैके ना बाजार विच गए, कपड़े की दुकान ते गए तुच्छ जी कीमत, मठियाई की दुकान ते गए तुच्छ जी कीमत, बड़ियां दुकानां ते फिरे क्योंकि हीरे नूं परखण वाली अख नहीं सी किसे कोल। सारिया ने तुच्छ कीमत पाई। हुण गुरमुखो जे कोई साडे वर्गा हुंदा ते शायद मन च शक आ जांदी कि गुरु पातशाह जी ने चंगी मजाक कीती मेरे नाल, कहिंदे सी लाल दित्ता है ते इत्थे कपड़े वाला दो गज कपड़ा देण वास्ते तैयार नहीं, इत्थे मठियाई वाला दो सेर मठियाई देण वास्ते तैयार नहीं। पर भाई मरदाने नूं भरोसा सी कि जेड़ी वस्तु गुरु नानक दे हत्थां विचों आउंदी है ओह तुछ नहीं हो सकती, ओह मामूली नहीं हो सकती, ओहदी कीमत ते दोनां जहानां विच कोई नहीं पा सकदा। सारी संगत बोलो सतनाम श्री वाहिगुरु। भैणां नूं बेनती बोलिया करो, अजकल साडे अंदर दी बिरती इस तरह दी गुरमुखो, असीं बहुते वड्डे इकट्ठ नूं देख के प्रभावित हुंदे आं। जिस तरह खरबूजे नूं देख के खरबूजा रंग फड़दा, पर गुरमुखो सतगुरु दी बहुत ही रहमत होवे ना जिहदे उत्ते, उहनां नूं कहिंदा तुसीं मेरे खास हो, तुसीं मैनूं मिलो आ के, उहनां नूं प्रेम दे सद्दे भेज के बुलाउंदा, आओ सतगुरु की गोद का आनंद माणिए। भाई मरदाना जी नूं अंदरों इस बात की सोझी है कि मेरा साहिब जो भी दिंदा वह तुश नहीं हो सकता, उहदी कीमत नहीं कोई पा सकता। फिरद्या फिरद्या एक जौहरी की दुकान ते पहुंचे जिहदा नाम है साल सराय, उहदे सामने जाके वह लाल दिखाया, आवाज दे के आखिया सजना मैं इस लाल नूं वेच के प्रसाद पानी छकना, लंगर छकना चाहना, तू देख इहदी कीमत की है। साल सराय ने लाल नूं तकिया, अंदरों प्रसन्न हो गया, आवाज दे के नौकर नूं यह बात समझाई कि 100 रुपया लिया के इस लाल नूं मत्था टेक।
ਇਹਦੀ ਦਰਸ਼ਨੀ ਭੇਟਾ ਕਰੀਏ। 100 ਰੁਪਇਆ ਲਿਆ ਕੇ ਲਾਲ ਨੂੰ ਮੱਥਾ ਟੇਕਿਆ ਤੇ ਨਾਲ ਦੀ ਨਾਲ ਸਾਲ ਸਰਾਏ ਜੋਹਰੀ ਕਹਿਣ ਲੱਗਾ, ਮੈਂ ਇਸ ਲਾਲ ਦੀ ਕੀਮਤ ਨਹੀਂ ਪਾ ਸਕਦਾ, ਇਹਦਾ ਮੁੱਲ ਨਹੀਂ ਉਤਾਰ ਸਕਦਾ, ਇਹ ਤੇ ਕੇਵਲ ਇਹਦੀ ਦਰਸ਼ਨੀ ਭੇਟਾ ਹੈ। ਭਾਈ ਮਰਦਾਨਾ ਜੀ 100 ਰੁਪਇਆ ਲੈ ਕੇ ਉਹ ਲਾਲ ਵੀ ਨਾਲ ਲੈ ਕੇ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚਲੇ ਗਏ। ਹੱਥ ਜੋੜ ਕੇ ਆਖਿਆ, ਸਾਹਿਬ ਜੀ ਆਪ ਜੀ ਦੀ ਗਤਮਿਤ ਨੂੰ ਅਸੀਂ ਜਾਣ ਨਹੀਂ ਸਕਦੇ, ਆ ਲਾਲ ਵੀ ਮਿਲ ਗਿਆ ਤੇ 100 ਰੁਪਇਆ ਭੇਟਾ ਦਰਸ਼ਨੀ ਵੀ ਮਿਲ ਗਈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਮਰਦਾਨਿਆ ਸਾਨੂੰ ਮਾਇਆ ਨਹੀਂ ਚਾਹੀਦੀ, ਜਾ ਕੇ ਮਾਇਆ ਨੂੰ ਵਾਪਸ ਕਰ ਦੇ। ਤੂੰ ਕਿਹਾ ਸੀ ਭੁੱਖ ਲੱਗੀ ਆ ਲੰਗਰ ਛਕਣਾ, ਬਸ ਇੰਨਾ ਹੀ ਮਨੋਰਥ ਸੀ ਤੇਰਾ। ਭਾਈ ਮਰਦਾਨਾ ਜੀ ਹੁਕਮੀ ਬੰਦੇ ਸਨ, ਚਲੇ ਗਏ। ਜਾ ਕੇ ਸਾਲ ਸਰਾਏ ਜੋਹਰੀ ਨੂੰ ਕਿਹਾ, ਮੇਰੇ ਮਾਲਕ ਨੂੰ ਇਹ ਮਾਇਆ ਪਾਉਂਦੀ ਨਹੀਂ, ਇਹਨੂੰ ਤੂੰ ਆਪਣੇ ਪਾਸ ਰੱਖ। ਜਦੋਂ ਮਾਲਕ ਦਾ ਨਾਮ ਸੁਣਿਆ ਤੇ ਸਾਲ ਸਰਾਏ ਦਾ ਮੱਥਾ ਠਣਕਿਆ। ਸਮਝਦਾਰ ਸੀ, ਕਹਿਣ ਲੱਗਾ, ਫਕੀਰਾ ਰੱਬ ਦੇ ਪਿਆਰਿਆ ਤੇਰਾ ਮਾਲਕ ਹੈ ਕੌਣ? ਤੇ ਗੁਰਮੁਖੋ ਕਿਤੇ ਭਾਈ ਮਰਦਾਨੇ ਵਰਗਾ ਦਿਲ ਸਾਨੂੰ ਮਿਲ ਜੇ, ਕਿਤੇ ਭਾਈ ਮਰਦਾਨੇ ਵਰਗੀ ਸਾਨੂੰ ਰਸਨਾ ਮਿਲ ਜੇ, ਕਿਤੇ ਭਾਈ ਮਰਦਾਨੇ ਵਰਗਾ ਪਿਆਰ ਸਾਡੇ ਹਿਰਦੇ ਚ ਆ ਜੇ, ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਇੰਨੇ ਪਿਆਰ ਵਿੱਚ ਬੁਲਾ ਸਕੀਏ ਜਿੰਨੇ ਪਿਆਰ ਵਿੱਚ ਭਾਈ ਮਰਦਾਨਾ ਜੀ ਉਹਨਾਂ ਦਾ ਨਾਮ ਲੈਂਦੇ ਸੀ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਿਮਰਨ ਕੀ ਹੈ ਗੁਰਮੁਖੋ? ਆਪਣੇ ਸਤਿਗੁਰੂ ਦਾ ਨਾਮ ਇੰਨੇ ਪਿਆਰ ਨਾਲ ਲੈਣਾ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਦੇਖੋ ਤੁਹਾਡੇ ਅੰਦਰ ਇਸ ਤਰ੍ਹਾਂ ਦਾ ਰਸ ਪੈਦਾ ਹੋਊਗਾ, ਜਿਹੜਾ ਸੰਭਾਲਿਆ ਨਹੀਂ ਜਾਣਾ, ਜਿਹਦਾ ਅਨੁਮਾਨ ਨਹੀਂ ਲਾਇਆ ਜਾ ਸਕਣਾ। ਭਾਈ ਮਰਦਾਨਾ ਜੀ ਕਹਿੰਦੇ, ਮੇਰਾ ਮੁਰਸ਼ਦ, ਮੇਰਾ ਮਾਲਕ ਨਾਨਕ ਨਿਰੰਕਾਰੀ ਬਾਹਰ ਬੈਠਾ ਸ਼ਹਿਰ ਤੋਂ, ਤੇ ਮੇਰਾ ਮਨੋਰਥ ਇਹੀ ਸੀ, ਮੈਂ ਪ੍ਰਸ਼ਾਦਾ ਤਿਆਰ ਕਰਾਂਗਾ, ਉਹਨੂੰ ਛਕਾਵਾਂਗਾ ਤੇ ਆਪ ਛਕਾਂਗਾ। ਭਾਈ ਮਰਦਾਨਾ ਜੀ ਉੱਠ ਕੇ ਤੁਰਨ ਲੱਗੇ। ਸਾਲ ਸਰਾਏ ਜੋਹਰੀ ਨੇ ਆਪਣੇ ਨੌਕਰ ਨੂੰ ਦੂਜੀ ਆਵਾਜ਼ ਦਿੱਤੀ, ਜਿਹਦਾ ਨਾਮ ਸੀ ਅਧਰਕਾ। ਅੰਗਰੇਜ਼ਾਂ ਦਾ ਰਾਜ ਹੋਇਆ ਨਾ ਜਦੋਂ ਹਿੰਦੁਸਤਾਨ ਦੀ ਧਰਤੀ ਤੇ, ਗੁਰਮੁਖੋ ਉਦੋਂ ਤੱਕ ਅਧਰਗੇ ਦੀ ਵੰਸ਼ ਹਿੰਦੁਸਤਾਨ ਦੇ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਦੀ ਰਹੀ ਹੈ। ਅਧਰਕੇ ਨੂੰ ਆਵਾਜ਼ ਦੇ ਕੇ ਆਖਿਆ, ਜਾ ਇੱਕ ਟੋਕਰੇ ਵਿੱਚ ਫਰੂਟ ਪਾ, ਫਲ ਪਾ, ਤੇ ਜਾ ਕੇ ਇਹਦੇ ਮੁਰਸ਼ਦ ਨੂੰ ਤੇ ਇਹਨੂੰ ਬੜੇ ਪਿਆਰ ਨਾਲ ਛਕਾ ਕੇ ਆ। ਇੱਥੇ ਦਾਸ ਇੱਕ ਪਲ ਵਾਸਤੇ ਰੁਕਣਾ ਚਾਹੇਗਾ। ਗੁਰਮੁਖੋ ਜਦੋਂ ਕਿਸੇ ਦੁਨਿਆਵੀ ਬੰਦੇ ਦਾ ਸਵਾਗਤ ਕਰਨਾ ਹੋਵੇ ਨਾ, ਆਪਾਂ ਧੱਕੇ ਮਾਰ ਮਾਰ ਕੇ ਅੱਗੇ ਹੋਵਾਂਗੇ ਕਿ ਮੈਂ ਅੱਗੇ ਹੋਣਾ, ਮੈਨੂੰ ਅੱਗੇ ਲੱਗ ਲੈਣ ਦਿਓ। ਪਰ ਜਦੋਂ ਗੁਰੂ ਸਾਹਿਬ ਦੀ ਜਾਂ ਗੁਰੂ ਦੇ ਪਿਆਰਿਆਂ ਦੀ ਬਾਤ ਆਉਂਦੀ ਹੈ, ਕਈ ਵਾਰੀ ਦੇਖੀਦਾ ਦੁਨੀਆਂ 'ਚ ਵਿਚਰ ਕੇ ਮਹਾਰਾਜ ਦੇ ਸਰੂਪ ਨੂੰ ਆਪਾਂ ਘਰੇ ਲੈ ਕੇ ਆਈਏ, ਲਿਆਉਣ ਵੇਲੇ ਬਿਰਤੀ ਹੋਰ ਹੁੰਦੀ ਹੈ ਤੇ ਸਮਾਪਤੀ ਵੇਲੇ ਸਾਡਾ ਧਿਆਨ ਬਦਲ ਜਾਂਦਾ, ਖਿਆਲ ਬਦਲ ਜਾਂਦੇ ਆ। ਫਿਰ ਬੱਚਿਆਂ ਨੂੰ ਆਵਾਜ਼ਾਂ ਦੇ ਕੇ, ਗੁਆਂਢੀਆਂ ਨੂੰ ਆਵਾਜ਼ਾਂ ਦੇ ਕੇ ਕਹਿੰਦਾ, ਛੱਡਿਓ ਹੁਣ ਬਾਬਾ ਜੀ ਨੂੰ, ਮੇਰੇ ਕੋਲ ਨਹੀਂ ਸਮਾਂ, ਮੈਂ ਰਿਸ਼ਤੇਦਾਰਾਂ ਨੂੰ ਮਿਲ ਲਵਾਂ, ਮੈਂ ਲੀਡਰਾਂ ਨੂੰ ਮਿਲ ਲਵਾਂ, ਬਿਨਾਂ ਭਾਗਾਂ ਤੋਂ ਸਤਿਗੁਰੂ ਦੀ ਸੇਵਾ ਤੇ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ। ਸਾਲ ਸਰਾਏ ਵੀ ਕੁਝ ਘੜੀਆਂ ਵਾਸਤੇ ਖੁੰਝ ਗਿਆ, ਆਪਣੇ ਨੌਕਰ ਨੂੰ ਭੇਜਿਆ, ਕਹਿੰਦਾ ਜਾ ਜਾ ਕੇ ਉਹਨਾਂ ਨੂੰ ਇਹ ਜਲ ਪਾਣੀ ਅਤੇ ਫਲ ਛਕਾ ਕੇ ਆ। ਅਧਰਕਾ ਗਿਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਕੇ ਭਾਈ ਮਰਦਾਨਾ ਜੀ ਨੇ ਨਮਸਕਾਰ ਕੀਤੀ, ਅਧਰਕੇ ਨੇ ਆਪਣਾ ਸੀਸ ਧਰ ਕੇ ਮੱਥਾ ਟੇਕਿਆ। ਨੌਕਰ ਸੀ ਨਾ ਗੁਰਮੁਖ, ਹੱਥ ਜੋੜਨੇ ਤੇ ਜਨਮ ਤੋਂ ਹੀ ਸਿੱਖ ਗਿਆ ਸੀ, ਬੰਦੇ ਬੰਦੇ ਅੱਗੇ ਹੱਥ ਜੋੜਦਾ ਸੀ, ਨੌਕਰ ਦੀ ਭਾਵਨਾ ਸੀ ਅੰਦਰ,
ਜਿਹੜਾ ਵੀ ਦੁਕਾਨ ਤੇ ਗ੍ਰਾਹਕ ਆਉਂਦਾ ਸੀ ਉਹਦੇ ਅੱਗੇ ਝੁਕਾਉਣਾ ਸਿਰ ਉਹਦੇ ਅੱਗੇ ਝੁਕ ਜਾਣਾ ਆਪਣਾ ਫਰਜ਼ ਸਮਝਦਾ ਸੀ। ਬੜੀ ਦੁਨੀਆਂ ਅੱਗੇ ਹੱਥ ਜੋੜੇ ਸਿਰ ਝੁਕਾ ਕੇ ਤੱਕਿਆ, ਪਰ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਜਦੋਂ ਹੱਥ ਜੁੜੇ ਸੀਸ ਝੁਕਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਪਹਿਲੀ ਵਾਰ ਦਰਸ਼ਨ ਕਰਨ ਦੀ ਦੇਰ ਸੀ ਗੁਰਮੁਖੋ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਿਰ ਤੇ ਹੱਥ ਧਰਤਾ। ਸਿੱਖ ਦੇ ਜੀਵਨ ਦੀ ਘਾਲਣਾ ਥਾਈ ਉਸ ਦਿਨ ਪੈਣੀ ਗੁਰਮੁਖੋ ਜਦੋਂ ਗੁਰੂ ਦਾ ਹੱਥ ਸਿਰ ਤੇ ਟੇਕੇ। ਮੱਥਾ ਠਾ ਕਰਕੇ ਨਾ ਮਾਰਿਆ ਕਰੀਏ, ਇੱਥੇ ਮੱਥਾ ਧਰਿਆ ਕਰੀਏ, ਟਿਕਾਇਆ ਕਰੀਏ, ਇੰਤਜ਼ਾਰ ਕਰਿਆ ਕਰੀਏ, ਮਹਿਸੂਸ ਕਰਿਆ ਕਰੀਏ, ਸੱਚੇ ਪਾਤਸ਼ਾਹ ਟੇਕਦਾ ਹਾਂ ਮੱਥਾ, ਹਰ ਰੋਜ਼ ਟੇਕਦਾ ਰਹਾਂਗਾ, ਇੱਕ ਦਿਨ ਤੇਰੀ ਕਿਰਪਾ ਹੋ ਜਾਏ, ਤੇਰਾ ਮਿਹਰ ਦਾ ਹੱਥ ਮੇਰੇ ਸੀਸ ਦੇ ਉੱਤੇ ਟਿਕ ਜਾਏ, ਤੂੰ ਆਪਣਾ ਬਖਸ਼ਿਸ਼ ਦਾ ਹੱਥ ਮੇਰੇ ਉੱਤੇ ਟਿਕਾ ਦੇਵੇਂ। ਅਧਰਕੇ ਨੇ ਨਮਸਕਾਰ ਕੀਤੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਹੱਥ ਧਰਿਆ ਸਿਰ ਦੇ ਉੱਤੇ, ਹੰਕਾਰ ਦੇ ਅੰਦਰ ਹੈ ਹੀ ਨਹੀਂ ਸੀ ਗੁਰਮੁਖ, ਨੌਕਰਾਂ ਨੂੰ ਕਾਹਦਾ ਹੰਕਾਰ ਹੋ ਸਕਦਾ, ਗਰੀਬਾਂ ਨੂੰ ਕਾਹਦਾ ਹੰਕਾਰ ਹੋ ਸਕਦਾ, ਇਸੇ ਕਰਕੇ ਤੇ ਭਾਈ ਲਾਲੋ ਵਰਗਿਆਂ ਦੇ ਅੰਦਰ ਪਹਿਲੀ ਸ਼ੋਅ ਦੇ ਨਾਲ ਹੀ ਦੀਵਾ ਬਲ ਪਿਆ ਤੇ ਮਲਕ ਭਾਗੋ ਵਰਗਿਆਂ ਦੀ ਮੈਲ ਪਹਿਲਾਂ ਲਾਉਣੀ ਪਈ ਗੁਰੂ ਸਾਹਿਬ ਜੀ ਨੂੰ, ਫਿਰ ਜਾ ਕੇ ਉਹਨਾਂ ਦੇ ਜੀਵਨ ਵਿੱਚ ਪਰਿਵਰਤਨ ਆਇਆ। ਜਿਨ੍ਹਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਹੈ, ਨਿਰਹੰਕਾਰ ਹੋ ਕੇ ਸਮਾਜ ਵਿੱਚ ਦੁਨੀਆਂ ਵਿੱਚ ਵਿਚਰਦੇ ਆ, ਨਿਮਾਣੇ ਬਣ ਕੇ ਵਿਚਰਦੇ ਆ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਦੇ ਹੋਏ ਦੀਵੇ ਦੀ ਸ਼ੋਅ ਨੂੰ ਪ੍ਰਾਪਤ ਕਰਦੇ ਆ ਸਾਰ ਅਧਰਕੇ ਦੇ ਅੰਦਰ ਨਾਮ ਦਾ ਦੀਪਕ ਜਲ ਗਿਆ, ਬੈਠ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ। ਤੇ ਗੁਰਮੁਖੋ ਇਸ ਅਵਸਥਾ ਦਾ ਕੀ ਬਿਆਨ ਕਰੀਏ, ਜਿਸ ਅਵਸਥਾ ਨੂੰ ਬਿਆਨ ਕਰਨ ਲੱਗਿਆ ਮੇਰੇ ਸਾਹਿਬ ਜੀ ਨੇ ਕਹਿ ਦਿੱਤਾ ਕਿ ਮੇਰੇ ਤੋਂ ਬਿਆਨ ਨਹੀਂ ਹੁੰਦੀ, ਭਗਤਾਂ ਨੇ ਕਹਿ ਦਿੱਤਾ ਸਾਡੇ ਤੋਂ ਬਿਆਨ ਨਹੀਂ ਹੁੰਦੀ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸੰਗਤਾਂ ਦੇ ਮਨਾਂ ਦੀ ਭਾਵਨਾ ਪ੍ਰਬੰਧਕਾਂ ਦਾ ਹੁਕਮ ਵੀ ਸੀ। ਤੇ ਆਓ ਗੁਰਮੁਖੋ ਇਹਨਾਂ ਬਚਨਾਂ ਦੇ ਜੋ ਅਰਥ ਨੇ ਆਓ ਸਾਰੇ ਪਿਆਰ ਨਾਲ ਪੜ੍ਹੀਏ, ਕੋਈ ਰਸਨਾ ਵਾਂਝੀ ਨਾ ਰਹੇ। ਕੈਸੀ ਅਵਸਥਾ ਬਣ ਗਈ, ਦਾਤਾ ਰੱਖੀ ਚਰਨਾਂ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ, ਰੱਖੀ ਚਰਨਾਂ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ, ਬੜੀ
चरण कमल दी जेड़ी मौज है अनुमान तो परे बयान तो परे व्याख्यान तो परे आपा बड़े रंग देखे दुनिया दे गुरमुखो पर प्रेम दा रंग नहीं देखे आपा। भाई गुरदास जी बड़े प्यारे वचन बख्शिश करदे आ प्रेम रंग समसर पूजस ना को रंग प्रेम रस पूजस ना अनरस समान के प्रेम गंध पूजस ना आन कौवै सुगंध प्रेम प्रभुता पूजस प्रभुता ना आन कै प्रेम तोल तुल ना पूजस तोल तुला धार मोल प्रेम पूजस ना सर्व निदान कै एक बोल प्रेम के पूजस ना बोल को ज्ञान उन्मान अस थकत कुटान कै। बड़े प्यारे ते बड़े डूंगे बचन ने हुण जे व्याख्या करिए ते कई बारी गल्लां साडे उपरों दी लंघ जांदियां पर गुरमुखो इन्हां नूं छूणा आपां टच करना कोई अत कथनी नहीं बात आखी गई गुरु दे प्यारियां वल्लों भगतां वल्लों ते गुरु साहिबानां वल्लों। भाई साहब जी कहिंदे प्रेम दा रंग इस तरह दा रंग है जिन्हें एक बारी तक लिया उहदे जीवन विच बाकी दे सारे रंग फिक्के हो जांदे आ। हुण आपां कह दिंदे आ ना ਕਿਹੜਾ ਸਾਡੀ ਕੋਈ ਜ਼ਬਾਨ ਫੜਦਾ ਗੁਰਮੁਖੋ ਕਹਿ ਲਿਆ ਕਰੋ ਜੋ ਮਰਜ਼ੀ ਕਿਸੇ ਨੇ ਸਫੈਦ ਕੱਪੜੇ ਪਾਏ ਆਪਾਂ ਕਹਿ ਦਿੱਤਾ ਦੁਨੀਆਂ ਨੂੰ ਠੱਗਣ ਵਾਸਤੇ ਸਫੈਦ ਕੱਪੜੇ ਪਾ ਕੇ ਤੁਰੇ ਫਿਰਦੇ ਅਸਲ ਵਿੱਚ ਇਹਦਾ ਕਾਰਨ ਕੀ ਹੈ ਹੋ ਸਕਦਾ ਸਾਡੇ ਵਰਗੇ ਠੱਗਦੇ ਵੀ ਹੋਣ ਗੁਰਮੁਖੋ ਪਰ ਅਸਲ ਵਿੱਚ ਇਹ ਕਾਰਨ ਕੀ ਸੀ ਇਹ ਰਵਾਇਤਾਂ ਕਿੱਥੋਂ ਚੱਲੀਆਂ ਜਿਨ੍ਹਾਂ ਨੇ ਨਿਰੰਕਾਰ ਦੇ ਰੰਗ ਨੂੰ ਮਾਣ ਲਿਆ ਉਹ ਇੱਕ ਰੰਗ ਦੇ ਵਿੱਚ ਆ ਗਏ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਰੰਗ ਭਾਉਂਦੇ ਹੀ ਨਹੀਂ ਸੀ ਉਹਨਾਂ ਦਾ ਜੀਵਨ ਸਾਦਗੀ ਵਾਲਾ ਬਣ ਜਾਂਦਾ ਸੀ। ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਦਾ ਰੰਗ ਜਿਹੜਾ ਉਹਦੇ ਬਰਾਬਰ ਦੁਨੀਆਂ ਦਾ ਕੋਈ ਰੰਗ ਨਹੀਂ ਪ੍ਰੇਮ ਦਾ ਜਿਹੜਾ ਰਸ ਹੈ ਉਸ ਰਸ ਵਰਗਾ ਦੁਨੀਆਂ ਦਾ ਕੋਈ ਰਸ ਨਹੀਂ। ਪ੍ਰੇਮ ਦੀ ਸੁਗੰਧੀ ਵੀ ਹੁੰਦੀ ਗੁਰਮੁਖ ਸੁਗੰਧੀ ਹੁੰਦੀ ਨਾ ਪ੍ਰੇਮ ਦੀ ਕਿਸੇ ਦੇ ਕੋਲ ਪਿਆਰ ਨਾਲ ਬੈਠ ਜਾਓ ਪਿਆਰ ਨਾਲ ਤੱਕ ਲਵੋ ਕੋਲੋਂ ਲੰਘਣ ਲੱਗਿਆ ਇੱਕ ਮੁਸਕਾਨ ਉਹਨੂੰ ਦੇ ਦਿਓ ਉਹ ਸੁਗੰਧੀ ਅੰਦਰ ਨੂੰ ਕੁਛ ਨਾ ਕੁਛ ਹਿਲਾ ਕੇ ਰੱਖ ਦਿੰਦੀ ਹੈ ਕਿ ਇੰਨਾ ਪਿਆਰ ਕਿਸੇ ਦੇ ਰਾਹੀਂ ਮੈਨੂੰ ਪ੍ਰਾਪਤ ਹੋਇਆ। ਅੱਗੇ ਬਾਤ ਆਈ ਪ੍ਰਭਤਾ ਦੀ ਪ੍ਰਭਤਾ ਮਾਣ ਵਡਿਆਈ ਤੇ ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਵਰਗੀ ਵਡਿਆਈ ਪ੍ਰੇਮ ਵਰਗੀ ਪ੍ਰਭਤਾ ਵੀ ਕਿਸੇ ਚੀਜ਼ ਚੋਂ ਪ੍ਰਾਪਤ ਨਹੀਂ ਹੋ ਸਕਦੀ। ਤੀਸਰਾ ਬਚਨ ਉਹਨਾਂ ਨੇ ਆਖਿਆ ਕਿ ਬੁੱਧੀ ਦੀ ਤੱਕੜੀ ਵਿੱਚ ਪ੍ਰੇਮ ਨੂੰ ਨਹੀਂ ਤੋਲਿਆ ਜਾ ਸਕਦਾ ਸਿਆਣਪਾਂ ਦੇ ਤਰਾਜੂ ਵਿੱਚ ਪ੍ਰੇਮ ਨਹੀਂ ਤੋਲਿਆ ਜਾ ਸਕਦਾ। ਪ੍ਰੇਮ ਤੇ ਪੈਦਾ ਹੀ ਉੱਥੇ ਹੁੰਦਾ ਗੁਰਮੁਖੋ ਜਿੱਥੇ ਸਿਆਣਪਾਂ ਮੁੱਕ ਜਾਣ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਸਿਆਣਪਾਂ ਖਤਮ ਹੋ ਜਾਣ ਉੱਥੇ ਪ੍ਰੇਮ ਦਾ ਸਫ਼ਰ ਸ਼ੁਰੂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਦੀ ਕੀਮਤ ਦੇ ਬਦਲੇ ਭਾਵੇਂ ਸਾਰੀ ਦੁਨੀਆਂ ਦੇ ਨਿਧਾਨ ਨਿਧਾਨ ਦਾ ਅਰਥ ਹੁੰਦਾ ਹੈ ਖਜ਼ਾਨਾ ਸਾਰੀ ਦੁਨੀਆਂ ਦੇ ਖਜ਼ਾਨੇ ਵੇਚ ਦਈਏ ਆਪਾਂ ਪ੍ਰੇਮ ਦੀ ਕੋਈ ਕੀਮਤ ਨਹੀਂ ਦੇ ਸਕਦਾ। ਜਿੰਨੀ ਮਰਜ਼ੀ ਤੁਸੀਂ ਕਥਾ ਕਰੀ ਜਾਓ ਜਿੰਨਾ ਮਰਜ਼ੀ ਤੁਸੀਂ ਗਿਆਨ ਘੋਟੀ ਜਾਓ ਇੱਕ ਅੱਖਰ ਪ੍ਰੇਮ ਦਾ ਬੋਲਿਆ ਹੋਇਆ ਇੰਨਾ ਮਹਾਨ ਹੈ ਕਿ ਸਾਰੀ ਦੁਨੀਆਂ ਦਾ ਗਿਆਨ ਇੱਕ ਪਾਸੇ ਰੱਖ ਦਈਏ ਇੱਕ ਪ੍ਰੇਮ ਦੇ ਅੱਖਰ ਦੇ ਬਰਾਬਰ ਸਾਰੀ ਦੁਨੀਆਂ ਦਾ ਗਿਆਨ ਫਿੱਕਾ ਪੈ ਜਾਂਦਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਪ੍ਰੇਮ ਦਾ ਅੱਖਰ ਇੱਕੋ ਵਾਰੀ ਆਵਾਜ਼ ਦੇਣੀ ਇੱਕੋ ਵਾਰੀ ਪੁਕਾਰਨਾ ਇੱਕੋ ਵਾਰੀ ਅੱਖਾਂ ਦਾ ਛਮ ਛਮ ਭਰ ਕੇ ਡੁੱਲਣਾ ਤੇ ਇੱਕੋ ਵਾਰੀ ਹਿਰਦੇ ਦੇ ਵਿੱਚੋਂ ਇਹ ਅਰਦਾਸ ਨਿਕਲਣੀ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਈ ਤੇਰੇ ਤੋਂ ਬਗੈਰ ਮੇਰਾ ਕੋਈ ਨਹੀਂ। ਆਉਣ ਵਾਲੇ ਦਿਨਾਂ 'ਚ ਵਿਚਾਰਾਂ ਸਾਡੇ ਸਾਹਮਣੇ ਆਉਣੀਆਂ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਾਬਾ ਲਹਿਣਾ ਜੀ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਥਾਪਣਾ ਆਪਣਾ ਰੂਪ ਵਟਾਉਣਾ
ਗੁਰਿਆਈ ਦਾ ਛਤਰ ਚਲਾਉਣਾ ਜਦੋਂ ਉਹਨਾਂ ਦੇ ਸੀਸ ਦੇ ਉੱਤੇ ਵਿਚਾਰਾਂ ਆਉਣ ਵਾਲੇ ਦਿਨਾਂ 'ਚ ਸਾਡੇ ਸਾਹਮਣੇ ਆਉਣੀ। ਅਧਰਕੇ ਦੇ ਅੰਦਰ ਦੀਵਾ ਬਲ ਪਿਆ ਤੇ ਹੁਣ ਗੁਰਮੁਖੋ ਜਦੋਂ ਰਸ ਆਉਂਦਾ ਨਾ ਰਸ, ਉਦੋਂ ਬੰਦਾ ਮੋਨੀ ਹੋ ਜਾਂਦਾ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਉਸ ਮੌਨ ਦਾ ਖੰਡਨ ਕਰਦੀ ਹੈ ਜਿਹੜਾ ਮੌਨ ਪਖੰਡ ਕਰਕੇ ਧਾਰਨ ਕੀਤਾ ਜਾਏ। ਇੱਕ ਉਹ ਮੌਨ ਹੈ ਜਦੋਂ ਹਿਰਦਾ ਵਿਵੇਕੀ ਬਣ ਕੇ ਇੱਕ ਨਿਰੰਕਾਰ ਦੇ ਚਰਨਾਂ ਦੀ ਓਟ ਨਾਲ ਜੁੜ ਜਾਂਦਾ ਹੈ ਤੇ ਜਿਵੇਂ ਸ਼ੁੱਧ ਹੋਇਆ ਸੋਨਾ ਕੁਠਾਲੀ ਵਿੱਚ ਪਿਆ ਭੁੜਕਦਾ ਨਹੀਂ, ਇਸੇ ਤਰ੍ਹਾਂ ਜਦੋਂ ਮਨ ਸ਼ੁੱਧ ਹੋ ਜਾਂਦਾ ਨਾ ਗੁਰਮੁਖੋ, ਫਿਰ ਕੱਲੀ ਜ਼ਬਾਨ ਹੀ ਚੁੱਪ ਨਹੀਂ ਕਰਦੀ, ਫਿਰ ਮਨ ਵੀ ਚੁੱਪ ਹੋ ਜਾਂਦਾ, ਸੁਰਤ ਵੀ ਚੁੱਪ ਹੋ ਜਾਂਦੀ ਤੇ ਗੁਰਸਿੱਖ ਫਿਰ ਰਸ ਨੂੰ ਪੀਂਦਾ। ਆ ਕੀਰਤਨ ਕਥਾ ਸੁਣਨ ਤੋਂ ਬਾਅਦ ਗੁਰਮੁਖੋ ਇਸ ਅਵਸਥਾ ਜਾਣਾ ਚਾਹੀਦਾ ਸਾਨੂੰ, ਤਾਂ ਲਾਭ ਹੈ, ਤਾਂ ਸਾਡੀ ਆਤਮਕ ਤਰੱਕੀ ਹੈ ਜੇ ਆਪਾਂ ਇਸ ਰਸ ਨੂੰ ਘੱਟੋ ਘੱਟ ਆਪਣੇ ਘਰ ਤੱਕ ਤੇ ਲੈ ਜਾਈਏ, ਇਹ ਬਚਨ ਸਾਡੇ ਦਿਲ ਚ ਲਿਖੇ ਜਾਣ। ਭਾਈ ਅਧਰਕਾ ਕੁਝ ਸਮਾਂ ਇਸ ਰਸ ਨੂੰ ਪੀਂਦਾ ਰਿਹਾ, ਹੁਣ ਅੱਖਾਂ ਖੁੱਲੀਆਂ, ਮਨ ਚ ਖਿਆਲ ਆਇਆ ਮਨਾ ਤੂੰ ਸਾਲ ਸਰਾਏ ਦੀ ਨੌਕਰੀ ਕੀਤੀ, ਉਹਨੇ ਤੈਨੂੰ ਖਾਣ ਵਾਸਤੇ ਰੋਟੀ ਦਿੱਤੀ, ਤੇਰੇ ਬੱਚਿਆਂ ਨੂੰ ਪਾਲਣ ਵਾਸਤੇ ਤੈਨੂੰ ਰੁਜ਼ਗਾਰ ਦਿੱਤਾ, ਤੂੰ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਉਸ ਦੌਲਤ ਨੂੰ ਪ੍ਰਾਪਤ ਕਰ ਲਿਆ ਜਿਹੜੀ ਕਿਤੋਂ ਪ੍ਰਾਪਤ ਨਹੀਂ ਹੋ ਸਕਦੀ, ਤੂੰ ਆਪਣੇ ਮਾਲਕ ਦਾ ਨਮਕ ਖਾਧਾ, ਉਹਦਾ ਵੀ ਭਲਾ ਕਰਨਾ ਚਾਹੀਦਾ। ਉੱਠਿਆ, ਹੱਥ ਜੋੜ ਕੇ ਕਹਿੰਦਾ ਸਾਹਿਬ ਜੀ ਅਜੇ ਜਾਇਓ ਨਾ, ਮੈਂ ਹੁਣੇ ਮੁੜ ਕੇ ਆਉਣਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਜਣਾ ਹੁਣ ਕਦੀ ਨਹੀਂ ਜਾਵਾਂਗੇ। ਬਚਨ ਬੜੇ ਡੂੰਘੇ ਸੀ, ਇੱਕ ਵਾਰੀ ਜਿਹਦੇ ਹਿਰਦੇ ਵਿੱਚ ਬੈਠ ਗਿਆ ਮੁਰਕੋ ਉਹ ਕਦੇ ਛੱਡ ਕੇ ਨਹੀਂ ਜਾਂਦਾ, ਕਦੇ ਮੁਖੜਾ ਨਹੀਂ ਫੇਰਦਾ। ਤਾਂ ਹੀ ਬਾਣੀ ਕਹਿ ਰਹੀ ਹੈ ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਆ ਦੁਨੀਆਂ ਦੇ ਸੱਜਣ ਜਿੰਨੇ ਮਰਜ਼ੀ ਬਣਾ ਲਓ ਗੁਰਮੁਖੋ, ਇਹ ਵਕਤੀ ਨੇ, ਸਾਰੇ ਰਿਸ਼ਤੇ ਵਕਤੀ ਨੇ। ਇਹਨਾਂ ਦਾ ਪਿਆਰ ਬਣਿਆ ਵੀ ਰਹੇ ਤੇ ਵਕਤ ਨੇ ਇੱਕ ਦਿਨ ਸਭ ਕੁਛ ਛਡਾ ਦੇਣਾ ਸਾਡੇ ਤੋਂ। ਇਸੇ ਕਰਕੇ ਜਦੋਂ ਹੁਕਮਨਾਮਾ ਸਾਹਿਬ ਆਪਾਂ ਲੈਂਦੇ ਹਾਂ ਨਾ, ਜਿਹੜੇ ਸਿਆਣੇ ਵਿਦਵਾਨ ਗੁਰੂ ਪਿਆਰੇ ਪਾਠੀ ਸਿੰਘ ਗ੍ਰੰਥੀ ਸਿੰਘ ਹੁੰਦੇ ਆ, ਉਹ ਸਾਰੀ ਦੁਨੀਆਂ ਦੇ ਲੋਕਾਂ ਨੂੰ ਇੱਕ ਬਾਤ ਸਮਝਾਉਂਦੇ ਆ, ਭਾਈ ਜਿਹੜਾ ਹੁਣ ਤੁਹਾਨੂੰ ਕੁਝ ਸੁਣਾਉਣ ਲੱਗਿਆ ਨਾ, ਇਹਨੂੰ ਆਪਣਾ ਮਿੱਤਰ ਬਣਾ ਲਿਓ। ਆਪਾਂ ਪੜ੍ਹਦੇ ਆ ਨਾ ਸਾਰੇ, ਮੰਗਲ ਲਾਉਂਦੇ ਆ ਆਪਾਂ, ਵੰਦਨਾ ਕਰਦੇ ਹਾਂ ਸਾਹਿਬ ਦੇ ਚਰਨਾਂ ਚ, ਆਓ ਸਾਰੇ ਮਿਲ ਕੇ ਕਰੀਏ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਸਾਰੇ ਬੋਲੋ ਜੀ। ਸਿਰ ਸਾਹਾਂ ਦੇ ਸਾਹੋ, 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 ਸਿਰ ਸਾਹਾਂ ਦੇ ਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਸਿਰ ਸਾਹਾਂ ਦੇ ਸਾਹੋ।
पातशाह सिर सहल साहो जिस पास बैठिया सोही है सबना नाम साहो। सतगुरु सच्चे पातशाह जी जिस हिरदे विच वस गए फिर छड़ के नहीं जांदे गुरमुख अपने सेवक दी प्रीत नूं ओड़क नभा दिंदे आ। अधरका कहिंदा सच्चे पातशाह जी जायो ना मैं हुणे आउणा। साहब जी कहिंदे हुण कदे नहीं जावांगे। उठ के चले गया सामने जाके साल सराय दे खलो गए। हुण साल सराय ने देखिया कि अधरका ते कुछ नवा नवा बना के आया इहदे चेहरे दा रंग बदलिया होया इहदे अखां दी खमारी बदली होई साडी भी बदलदी है ना गुरमुख। गुआंढी दे पुत नूं भावें आपां 100 वारी देखी जाइए जदों मां अपने पुत नूं देखदी है उहदीआं अखां दी खुशी जिहड़ी हुंदी है उह कुछ बयान करन लग जांदी है। एक सुहागण जदों अपने पति दा दर्शन करदी है ते गुरमुख उहदीआं अखां कुछ बोलदीआं। इसे तरह जदों गुरु का सिख गुरु दे दर्शन करके जांदा ना गुरमुख इदां बाहर निकलदा जिदां गुरु रूपी दरिया विच नहा के गया होवे। नहाएगा कौन जिहड़ा विच वड़ेगा जिहड़ा खुभेगा गुरु दे शब्द दी विचार विच। आपां आउने आ मंगा मंगदे आ ते तुर जांदे आ गुरमुख किते साडा आउणा इस तरह का हो जाए। सच्चे पातशाह गुर नव निध दरियाओ जन्म हम कालक धोवे। असी ते स्नान करन लई आए इत्थे असली सरोवर है गुरमुखो सत संगत ये सतगुरु की बाणी का असली सरोवर ते जदों आपां नहा के वाशरूम चो बाहर आउने आ ते कुछ नवा कुछ हल्कापन साडे च महसूस हुंदा ना। इसे तरह जेड़ा गुरसिख गुरु दे दर्शन हिरदे राही करके जांदा वह फिर एक प्यार दी महक बनता उहदे बचनां विच मिठास आ जांदी है उहदे नेत्रां दीआं पलकां विच निमरता आ जांदी है जिहड़ी अज साडे सिख जगत विचों खत्म हुंदी जांदी। गुरमुख प्यार दी भावना निमरता उमंगां अधरका गया साल सराय कहिंदा अधरकिया तेनू की हो गया तू गया ते किसे होर रूप च सी तेरियां अखां दी ए चमक दस रही है तेरे मत्थे दा जलाल दस रहा है कि तेनू अंदर दी कोई खुशी प्राप्त हो गई। अधरके ते उन्हें सवाल किया पर अधरका उस अवस्था विच है जिथे जाके बोलन जी नहीं करता बोलन जी नहीं करता। गुरमुख एक होंदा धक्के नाल अपने आप नूं चुक रखना बोलन तो रोक के रखना एक होंदा जिथे जाके बोलन जी ना करे मन ही ना करे। आपां जबान करके चुप हो गए पर मन करके नहीं होए। गुरमुख गुरु नूं बोलन दा आपां नहीं मौका दिता मन साडा बोली गया मंगां दी लिस्ट रखी गई मन विच फुरने बनी गए तर्क चलदी रही ए किवें हो सकदा है। गुरमुखो जिस दिन साडा मन मौनी हो गया मन चुप कर गया फिर साडे अंदरों ही गुरु ने बोलना अंदरों ही बोलना। गुरु नानक साहब सच्चे पातशाह जी ने अंदर बैठे रब नाल गलबात कराई साडी। गुरु तेग बहादुर सच्चे पातशाह जी बारंबार अपने पवित्र बचनां दे विच इह कह रहे ने बड़ा प्रसिद्ध बचन उहनां जी दा आपां सारे पढ़दे हां सारी संगत पढ़िओ प्यार नाल। काहे रे बन खोजन जाई काहे रे बन खोजन जाई काहे रे बन खोजन जाई जाई।
सदा अलेवा तो ही संग समाई तो ही संग काहे रे बन खोजन जाई काहे रे बन खोजन जाई काहे रे बन खोजन जाई बन खोजन जाई काहे रे बन खोजन जाई सर्व निवासी सदा अलेपा तो ही संग समाई पुहप मद ज्यों बास बसत है मुकर माहे जैसे छाई तैसे ही हर बसै निरंतर घट ही खोजो पाई बाहर भीतर एको जानो इहो गुर ज्ञान बताई जन नानक बिन आपा चीना मिटै ना भरम की काई गुरु साहब ने काई हटाती ना परे पर्दा लाता कुछ देर वास्ते मन अबोल अवस्था विच साल सराय दियां तंगां वध गईयां प्यार नाल कहन लग्या अदर किया कुछ ते बोल कुछ ते मैनू दस ओ जिन्हां फकीरां नूं तूं मिल के आया ओ किस तरह दे ने ते गुरमुखो अदर के ने एक जवाब दिता सिखा इस जवाब नूं अपने अंदर सदा वास्ते संभाल के रखी अधरके ने की जवाब दिता जिहड़ा शब्द आपां शुरू च पढ़िया सी कहन लग्या मालक जी साधु ते बड़े देखे सी फकीर ते बड़े देखे पर जैसा वो है वैसा कोई नहीं देख अज जिन्हों देख के आया उस तरह का पहला कदे नहीं सी देखिया तुद जे वडना साइया तुद जे वडना साइया तुद जे वडना साइया तुद जे वडना साइया वडना साइया तुद जे वडना साइया तुद जे वडना साइया तुद जे वडना साइया चारे कुंडा पालिया चारे कुंडा पालिया मैं चारे कुंडा पालिया चारे कुंडा मेरे सतगुरु जैसा जी ना कोई होया ना कोई होना सतगुरु जैसा जी ना कोई होया ना कोई होना Yeah.
ਮੇਰੀ ਸਰਣਾਈ ਹਰ ਜੀਉ ਤਿੰਨ ਤੂੰ ਰਾਖਣ ਜੋਗ ਤੁਦ ਜੇਵਡ ਮੈਂ ਅਵਰ ਨਾ ਸੁਝੈ ਨਾ ਕੋ ਹੋਆ ਨਾ ਹੋਗ। ਉਹਦੇ ਵਰਗਾ ਕੋਈ ਡਿੱਠਾ ਹੀ ਨਹੀਂ। ਜਦੋਂ ਸਾਲ ਸਰਾਏ ਨੇ ਇਹ ਬਾਤ ਸੁਣੀ ਇੱਕਦਮ ਕਹਿੰਦਾ ਮੈਨੂੰ ਵੀ ਲੈ ਕੇ ਚੱਲ, ਮੈਂ ਵੀ ਤੇ ਦੇਖਾਂ, ਮੈਂ ਵੀ ਤੇ ਮਿਲਾਂ। ਅਧਰਕਾ ਸਾਲ ਸਰਾਏ ਨੂੰ ਨਾਲ ਲੈ ਕੇ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਆ ਗਿਆ। ਹੁਣ ਮੱਥਾ ਤੇ ਸਾਲ ਸਰਾਏ ਜੌਹਰੀ ਨੇ ਵੀ ਟੇਕਿਆ ਗੁਰਮੁਖੋ, ਪਰ ਜਿਹੜੀ ਕਿਰਪਾ ਜਿਹੜੀ ਬਖਸ਼ਿਸ਼ ਅਧਰਕੇ ਦੇ ਉੱਤੇ ਹੋ ਗਈ ਸੀ ਉਹ ਸਾਲ ਸਰਾਏ ਤੇ ਹੋਈ ਨਹੀਂ। ਆਪਾਂ ਕਈ ਵਾਰੀ ਗੁਰੂ ਨੂੰ ਕਹਿੰਦੇ ਹਾਂ ਸੱਚੇ ਪਾਤਸ਼ਾਹ ਸੇਵਾ ਤੇ ਅਸੀਂ ਫਲਾਣੇ ਨਾਲੋਂ ਜ਼ਿਆਦਾ ਕੀਤੀ, ਉਹ ਤੇ ਗੁਰਦੁਆਰੇ ਆਇਆ ਵੀ ਨਹੀਂ ਕਦੇ, ਘੱਟ ਵੱਧ ਦੇਖੀਦਾ, ਉਹ ਸਾਰੇ ਪਾਸਿਆਂ ਤੋਂ ਖੁਸ਼ ਹੈ। ਸਾਡੇ ਉੱਤੇ ਇਹ ਪੜਦਾ ਕਿਉਂ? ਤੇ ਕਦੇ ਗੁਰੂ ਨੂੰ ਪੁੱਛੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣਗੇ ਸਿੱਖਾ ਮੈਂ ਤੇ ਬਰਾਬਰ ਮੀਂਹ ਦੀ ਤਰ੍ਹਾਂ ਵਰਸ ਰਿਹਾ, ਆਪਣੇ ਹਿਰਦੇ ਦਾ ਭਾਂਡਾ ਦੇਖ ਕਿਤੇ ਮੁੱਧਾ ਤੇ ਨਹੀਂ ਪਿਆ, ਕਿਤੇ ਪੁੱਠਾ ਤਾਂ ਨਹੀਂ ਬਰਤਨ ਰੱਖ ਕੇ ਬੈਠਾ। ਬਰਸਾਤ ਤੇ ਸਾਰੇ ਥਾਵਾਂ ਤੇ ਹੋ ਰਹੀ ਹੈ, ਕਿਤੇ ਹਉਮੈ ਦੇ ਟਿੱਬੇ ਤਾਂ ਨਹੀਂ ਉਸਰੇ ਮਨ ਚ, ਕਿਤੇ ਪਾਣੀ ਲੈ ਕੇ ਥੱਲੇ ਨੀਵੀਆਂ ਥਾਵਾਂ ਤੇ ਨਹੀਂ ਜਾ ਰਿਹਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਲ ਸਰਾਏ ਜੋਹਰੀ ਦੇ ਨਾਲ ਜਦੋਂ ਗੱਲ ਕੀਤੀ ਬਚਨ ਕੀਤਾ, ਇੱਕੋ ਦਮ ਬੋਲ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਸਾਲ ਸਰਾਏ ਆ, ਜੋਹਰੀ ਆ ਹੀਰਿਆਂ ਨੂੰ ਪਰਖਣ ਵਾਲਾ, ਇਹ ਮੇਰਾ ਨੌਕਰ ਹੈ ਜਿਹੜਾ ਪਹਿਲਾਂ ਤੁਹਾਨੂੰ ਫਲ ਛਕਾ ਕੇ ਗਿਆ। ਬਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖ ਲਿਆ ਹਉਮੈ ਦਾ ਕੰਡਾ ਚੁੱਭਿਆ ਅੰਦਰ, ਆਪਣੇ ਆਪ ਨੂੰ ਮਹਾਨ ਤੇ ਇਹਨੂੰ ਨੌਕਰ ਸਮਝ ਰਿਹਾ, ਇਹ ਨਹੀਂ ਸਮਝ ਰਿਹਾ ਕਿ ਅਸੀਂ ਸਾਰੇ ਉਸ ਪਰਮਾਤਮਾ ਦੇ ਨੌਕਰ ਹਾਂ। ਕਿਸੇ ਨੇ ਕਿਸੇ ਨੂੰ ਵੱਧ ਮਾਇਆ ਦਿੱਤੀ ਉਹ ਵੰਡ ਰਿਹਾ, ਕਿਸੇ ਨੂੰ ਘੱਟ ਦਿੱਤੀ ਉਹ ਲੈ ਰਿਹਾ ਹੱਥ ਕਰਕੇ, ਹੈ ਆਪਾਂ ਸਾਰੇ ਬਰਾਬਰ ਹੀ ਹਾਂ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਮੈਂ ਸਾਲ ਸਰਾਏ ਜੋਹਰੀ ਹਾਂ ਹੀਰਿਆਂ ਨੂੰ ਪਰਖਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੀ ਉਮਰ ਝੂਠੇ ਹੀਰਿਆਂ ਨੂੰ ਪਰਖਦਿਆਂ ਲੰਘ ਗਈ, ਤੂੰ ਨਾਮ ਦਾ ਹੀਰਾ ਨਹੀਂ ਪਰਖ ਸਕਿਆ, ਤੂੰ ਆਪਣੇ ਜਨਮ ਰੂਪੀ ਹੀਰੇ ਦੀ ਕਦਰ ਨਹੀਂ ਕਰ ਸਕਿਆ, ਤੇ ਜਿਹਨੂੰ ਤੂੰ ਆਪਣਾ ਨੌਕਰ ਕਹਿ ਰਿਹਾ ਇਹ ਤੇ ਨਾਮ ਦੇ ਹੀਰਿਆਂ ਨੂੰ ਪਰਖਣ ਵਾਲਾ ਬਣ ਗਿਆ। ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ, ਮੇਰੇ ਅੰਦਰ ਵੀ ਪਿਆਰ ਬਖਸ਼ੋ। ਹੁਣ ਦੇਖੋ ਸਤਿਗੁਰੂ ਨੇ ਬਿਮਾਰੀ ਨੂੰ ਦੂਰ ਕਿਵੇਂ ਕਰਨਾ, ਕਿਵੇਂ ਹਉਮੈ ਦਾ ਕੰਡਾ ਕੱਢਣਾ ਸੀ ਅੰਦਰੋਂ। ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਸੱਚੇ ਪਾਤਸ਼ਾਹ ਜਿੰਨੀ ਵਾਰੀ ਮਰਜ਼ੀ ਮੈਂ ਮੱਥਾ ਟੇਕਾਂ, ਤੁਹਾਨੂੰ ਨਮਸਕਾਰ ਕਰਾਂ, ਮੈਂ ਅੱਕਾਂਗਾ ਨਹੀਂ ਥੱਕਾਂਗਾ ਨਹੀਂ, ਪਰ ਮੇਰੇ ਤੇ ਕਿਰਪਾ ਕਰ ਦਿਓ, ਇਹ ਖੁਮਾਰੀ ਇਹ ਮਸਤਾਨਾ ਤੇ ਦੀਵਾਨਾ ਬਣ ਜਿਹੜਾ ਅਧਰਕੇ ਦੀ ਝੋਲੀ ਪਾ ਦਿੱਤਾ, ਮੇਰੇ ਤੇ ਵੀ ਰਹਿਮਤ ਕਰਕੇ ਮੈਨੂੰ ਵੀ ਕਿਣਕਾ ਦੇ ਦਿਓ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਮਿਲੇਗਾ ਜ਼ਰੂਰ, ਪਰ ਮਿਲੇਗਾ ਕਿਸੇ ਹੋਰ ਰਸਤੇ। ਉਹ ਰਸਤਾ ਕੀ ਹੈ? ਜਿਹੜਾ ਸਾਰੀ ਜ਼ਿੰਦਗੀ ਤੇਰਾ ਨੌਕਰ ਬਣ ਕੇ ਤੈਨੂੰ ਮੱਥਾ ਟੇਕਦਾ ਰਿਹਾ, ਅੱਜ ਤੂੰ ਆਪਣਾ ਸਿਰ ਉਹਦੇ ਚਰਨਾਂ ਤੇ ਧਰ ਦੇ, ਉਹਦੇ ਪੈਰਾਂ ਤੇ ਟਿਕਾ ਦੇ, ਤੂੰ ਅਧਰਕੇ ਨੂੰ ਮੱਥਾ ਟੇਕ, ਫਿਰ ਤੇਰੇ ਜੀਵਨ ਦੀ ਕਹਾਣੀ ਰਾਸ ਆ ਜਾਊ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨੀ ਵੱਡੀ ਬਾਤ ਸੀ ਗੁਰਮੁਖੋ, ਬੜਾ ਜ਼ੋਰਦਾਰ ਹਥੌੜਾ ਸੀ ਜਿਹਦੀ ਸੱਟ ਨੂੰ ਝੱਲਣਾ ਬੜਾ ਔਖਾ ਹੈ। ਆਪਾਂ ਸਾਰੇ ਪੰਜਾਬ ਦੀ ਧਰਤੀ ਤੋਂ ਆਏ ਹਾਂ ਨਾ ਗੁਰਮੁਖੋ, ਗੁਰਦੁਆਰੇ ਆਪਾਂ ਬੜੇ ਬਣਾਏ ਉੱਥੇ ਵੀ, ਪਰ ਅੱਜ ਤੱਕ ਨੌਕਰਾਂ ਦੇ ਭਾਂਡੇ ਆਪਾਂ ਗੇਟ ਤੋਂ ਅੱਗੇ ਨਹੀਂ ਆਉਣ ਦਿੱਤੇ, ਉਹਨਾਂ ਦੇ ਭਾਂਡੇ ਪ੍ਰਸ਼ਾਦਾ ਛਕਣ ਵਾਲੇ ਅੱਡ ਰੱਖੇ ਆਪਾਂ। ਕਹਿੰਦੇ ਬਾਕੀ ਪਰਿਵਾਰ ਦੇ ਮੈਂਬਰ ਇਹਦੇ ਚ ਨਾ ਛਕਿਓ, ਇਹ ਸਾਡੇ ਨੌਕਰ ਦੇ ਭਾਂਡੇ ਆ। ਗੁਰਦੁਆਰੇ ਬਣਾ ਲਏ, ਸਿੱਖੀ ਦੇ ਸਿਧਾਂਤਾਂ ਨੂੰ ਅਪਣਾਇਆ ਨਹੀਂ। ਕਹਿੰਦੇ ਸਾਡੇ ਪਿੰਡ ਦਾ ਕੰਮੀ ਕੰਮ ਕਰਨ ਵਾਲਾ ਨੌਕਰ ਮਰ ਗਿਆ,
ਇਹ ਸਾਡੀਆਂ ਮੜੀਆਂ ਵਿੱਚ ਨਹੀਂ ਫੂਕਿਆ ਜਾ ਸਕਦਾ, ਇਹਨਾਂ ਦੀਆਂ ਮੜੀਆਂ ਵੀ ਅੱਡ ਕਰ ਦਿਓ। ਕਿੱਥੋਂ ਸਿੱਖੀ ਦੇ ਗੁਣ ਸਾਡੇ ਅੰਦਰ ਪਣਪਣਗੇ, ਕਿੱਥੋਂ ਪਿਆਰ ਸਾਨੂੰ ਪ੍ਰਾਪਤ ਹੋਏਗਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ। ਬੜੀ ਔਖੀ ਬਾਤ ਹੈ ਗੁਰਮੁਖੋ, ਆਪਣੇ ਨੌਕਰ ਦੇ ਅੱਗੇ ਝੁਕਣਾ। ਗੁਰੂ ਸਾਹਿਬ ਦੇ ਅੱਗੇ ਤੇ ਆਪਾਂ ਸਾਰੇ ਝੁਕਦੇ ਹੀ ਹਾਂ, ਸਾਨੂੰ ਪਤਾ ਸਾਡਾ ਗੁਰੂ ਮਹਾਨ ਹੈ, ਗੁਰੂ ਵੱਡਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਉਮੈ ਦੀ ਬਿਮਾਰੀ ਨੂੰ ਦੂਰ ਕਰਨ ਵਾਸਤੇ ਸਾਲ ਸਰਾਏ ਨੂੰ ਆਖਿਆ, ਤੈਨੂੰ ਆਪਣੇ ਨੌਕਰ ਦੇ ਅੱਗੇ ਝੁਕਣਾ ਪੈਣਾ। ਹੁਣ ਗੁਰੂ ਦਾ ਹੁਕਮ ਸੀ, ਉੱਠ ਕੇ ਜਿਹੜਾ ਸਾਰੀ ਜ਼ਿੰਦਗੀ ਸਾਲ ਸਰਾਏ ਨੂੰ ਮੱਥੇ ਟੇਕਦਾ ਰਿਹਾ, ਝੁਕਦਾ ਰਿਹਾ, ਸਾਲ ਸਰਾਏ ਉੱਠ ਕੇ ਉਹਦੇ ਕਦਮਾਂ ਤੇ ਝੁਕ ਗਿਆ। ਤੇ ਗੁਰਮੁਖੋ ਹਕੀਕਤ ਹੈ, ਇਤਿਹਾਸ ਦੇ ਪੰਨੇ ਇਸ ਗੱਲ ਦੀ ਦਵਾਈ ਦਿੰਦੇ ਆ ਕਿ ਜਦੋਂ ਅਧਰਕੇ ਦੇ ਨਾਲ ਉਹ ਸਪਰਸ਼ ਕੀਤਾ, ਛੂਹਿਆ, ਤੇ ਉਸੇ ਸਮੇਂ ਸਾਲ ਸਰਾਈ ਜੋਰੀ ਦੇ ਅੰਦਰ ਵੀ ਉਹ ਪਿਆਰ ਦਾ ਦੀਵਾ ਜਗ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੀਵਾ ਆਖਿਆ ਬਾਣੀ ਦੇ ਵਿੱਚ। ਚਿਰਾਗ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਗਦਾ ਹੋਇਆ, ਮਹਿਕ ਵੰਡਦਾ ਹੋਇਆ, ਪ੍ਰਕਾਸ਼ ਵੰਡਦਾ ਹੋਇਆ। ਬਲੇ ਉਹ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਗਦੇ ਦੀਵੇ ਸੀ, ਉਹਨਾਂ ਨੇ ਅਧਰਕੇ ਨੂੰ ਜਗਾਇਆ, ਤੇ ਜਿਹੜਾ ਇੱਕ ਦੀਵਾ ਜਗ ਜੇ ਗੁਰਮੁਖੋ ਅੱਗੇ ਲੱਖਾਂ ਨੂੰ ਜਗਾ ਸਕਦਾ। ਅਧਰਕੇ ਨੇ ਸਾਲ ਸਰਾਏ ਜੋਹਰੀ ਦੇ ਅੰਦਰ ਪ੍ਰਕਾਸ਼ ਕਰਤਾ। ਆਪਾਂ ਬਚਨ ਪੜ੍ਹਦੇ ਹਾਂ ਪਰ ਭਰੋਸਾ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ, ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਉਹਨਾਂ ਦੀ ਸੰਗਤ ਕਰਕੇ ਕਿੰਨਿਆਂ ਦਾ ਭਲਾ ਹੋਇਆ। ਇਸ ਤਰ੍ਹਾਂ ਦੇ ਨਾਲ ਬਖਸ਼ਿਸ਼ ਹੋਈ ਅਧਰਕੇ ਤੇ ਸਾਲ ਸਰਾਏ ਜੋਹਰੀ ਤੇ। ਹੱਥ ਜੋੜ ਕੇ ਬੇਨਤੀ ਕਰਕੇ ਸਾਹਿਬ ਜੀ ਨੂੰ ਘਰੇ ਲੈ ਗਿਆ। ਇਤਿਹਾਸ ਕਹਿੰਦਾ ਚਾਰ ਮਹੀਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਟਨੇ ਦੀ ਧਰਤੀ ਤੇ ਰਹੇ, ਚਾਰ ਮਹੀਨੇ। ਹੁਣ ਤਨ ਮਨ ਧਨ ਦੇ ਨਾਲ ਸੇਵਾ ਕਰ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਚਾਰ ਮਹੀਨਿਆਂ ਤੋਂ ਬਾਅਦ ਕਹਿੰਦੇ ਅਸੀਂ ਹੁਣ ਜਾਣਾ, ਤੇ ਹੁਣ ਗੁਰਮੁਖੋ ਜਿਹੜੀਆਂ ਅੱਖਾਂ ਗੁਰੂ ਨੂੰ ਦੇਖਣ ਤੋਂ ਬਿਨਾਂ ਭਰਦੀਆਂ ਨਹੀਂ ਸੀ, ਜਿਹੜੇ ਹੱਥ ਗੁਰੂ ਦੇ ਚਰਨ ਪਲੋਸ ਕੇ ਪਵਿੱਤਰ ਮੰਨਦਾ ਸੀ, ਜਿਹੜਾ ਮਸਤਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਝੁਕ ਝੁਕ ਕੇ ਕਦੇ ਅੱਕਦਾ ਨਹੀਂ ਸੀ, ਅੱਜ ਸਾਲ ਸਰਾਏ ਜੋਹਰੀ ਦੇ ਨੈਣ ਕਟੋਰੇ ਭਰ ਕੇ ਡੁੱਲੇ ਸੱਚੇ ਪਾਤਸ਼ਾਹ, ਹੁਣ ਤੁਹਾਡੇ ਬਿਨਾਂ ਜੀ ਨਹੀਂ ਲੱਗਣਾ, ਨਾ ਜਾਓ ਛੱਡ ਕੇ, ਜੀ ਨਹੀਂ ਲੱਗਣਾ ਆਪ ਤੋਂ ਬਿਨਾਂ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਸਾਲ ਸਰਾਏ ਸਮਾਂ ਆਏਗਾ ਤੇਰੀ ਹਵੇਲੀ ਚ, ਤੇਰੇ ਘਰ ਵਿੱਚ ਇੱਕ ਦੋ ਚਾਰ ਮਹੀਨੇ ਨਹੀਂ, ਕਈ ਸਾਲ ਅਸੀਂ ਆ ਕੇ ਠਹਿਰਾਂਗੇ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬਚਨ ਕਰਤਾ, ਇਹ ਉਹੀ ਜਗ੍ਹਾ ਸਾਲ ਸਰਾਏ ਜੋਹਰੀ ਦਾ ਘਰ ਹਵੇਲੀ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ, ਤੇ ਬਚਪਨ ਦੇ ਕੁਝ ਸਾਲ ਕਲਗੀਆਂ ਵਾਲੇ ਪ੍ਰੀਤਮ ਉਸ ਧਰਤੀ ਨੂੰ ਭਾਗ ਲਾਉਂਦੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਵਕਤ ਆਊਗਾ ਸਾਲਾਂ ਵਧੀ ਅਸੀਂ ਤੇਰੇ ਘਰ ਵਿੱਚ ਰਹਾਂਗੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਐਸੇ ਕਿਰਪਾਲੂ ਦਿਆਲੂ ਸਤਿਗੁਰੂ ਮਹਾਰਾਜ ਜੀ, ਜਿਨ੍ਹਾਂ ਦਾ ਪਰਸੋਂ ਨੂੰ ਜੋਤੀ ਜੋਤ ਦਿਹਾੜਾ ਆ ਰਿਹਾ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਗੁਰਮੁਖੋ, ਆਓ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਪਿਆਰ ਨਾਲ ਸ਼ਰਧਾ ਭਾਵਨਾ ਨਾਲ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਦੇ ਰਹੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਬਾਣੀ ਦੀ ਵਿਚਾਰ ਅਰਦਾਸ ਜੋਤਰੀ ਕਰਕੇ ਸਾਹਿਬ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਕਰਦੇ ਰਹੀਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਬੇਅਦਬੀਆਂ ਸਰਬੱਤ ਸੰਤ ਨੇ ਖੀਮਾ ਕਰ ਦੇਣੀਆਂ। ਆਓ ਹੁਣ ਆਨੰਦ ਸਾਹਿਬ ਜੀ ਦਾ ਕੀਰਤਨ, ਉਪਰੰਤ ਅਰਦਾਸ, ਹੁਕਮਨਾਮਾ ਸਾਹਿਬ, ਸੰਪੂਰਨ ਸਮਾਪਤੀ ਤੋਂ ਬਾਅਦ ਜਾਣ ਦੀ ਖੇਚਲਾ ਕਰਨੀ। ਸੰਗਤਾਂ ਬਹੁਤ ਪਿਆਰ ਵਿੱਚ ਅਸੀਸਾਂ ਬਖਸ਼ਿਸ਼ ਕਰ ਰਹੀਆਂ। ਪਿਛਲੇ ਸਾਲ ਵੀ ਕੁਝ ਬੱਚੇ ਹੁਕਮ ਕਰਦੇ ਰਹੇ, ਆਹ ਸ਼ਬਦ ਸੁਣਾਓ। ਕੁਝ ਸੰਗਤਾਂ ਹੁਕਮ ਕਰਦੀਆਂ ਕਿ 10 ਪਾਤਸ਼ਾਹੀਆਂ ਦਾ ਨਾਮ ਗੁਰੂ ਸਤੋਤਰ ਉਹ ਪੜਿਆ ਕਰੋ। ਕੁਝ ਸੰਗਤਾਂ ਕਹਿੰਦੀਆਂ ਚਿਮਟੇ ਢੋਲਕੀਆਂ ਨਾਲ ਕੀਰਤਨ ਕਰੋ। ਜਥਾ ਇੱਕ ਹੈ ਤੇ ਗੁਰਮੁਖੋ ਕਈ ਕੁਛ ਕਰਨਾ ਪੈਂਦਾ, ਇਹਦੇ ਵਾਸਤੇ ਸਮਾਂ ਥੋੜਾ ਜਿਹਾ ਮੋਕਲਾ ਚਾਹੀਦਾ ਹੁੰਦਾ।
प्रबंधकां ने कृपा की है, समा बख्शिया। आओ इस प्यार नूं आपां वधाईए, इस स्नेह नूं गूढ़ा करिए। धन गुरु ग्रंथ साहिब सच्चे पातशाह जी कृपा करन, सानू रुलदियां होयां नूं अपने चरणां दे नाल जोड़ के सदा वास्ते अपने बना के रखन। आओ कोई भी रसना वांदी ना रहे, सारे कृपा करो, गद वज के बोलो जी। राम कली महला तीजा आनंद, इको अंकार सतगुरु प्रसाद, आनंद भया मेरी माए, सतगुरु ने पाया। राग रतन परवार परियां, सब जगा बन आईयां। आनंद हुआ सतगुरु में पाया, हर नाल रो मन मेरे दुख सब सबना गला समरथ स्वामी सुख मनो विसारे। साचे साहेबा क्या नहीं करते रे, सदा सिख सलाह तेरी नाम मन बसावे। कह नानक सच्चे साहिब क्या नहीं घर तेरा साचा, हर साथ सुख मन आए वसया, जिन इच्छा सब पुजाइया। कह नानक सुनो संतो शब्द धरो प्यार साचा, घर सपाके शब्द वाजे कलाज कर तारिया। गुर कर्म पाया तुद जिन को से नाम हर कहलागे, आनंद सुनो वड भागी हो सगल मनोरथ पूरे। दुख रोग संताप करे सुनी सच्ची बाणी, सुनते पुनीत कहते सत गुर रहया पर पूरे। पावन गुरु पाणी पिता माता धरत महत, चंग आईया बुरे आईया वाचे धर्म दूर। जिन्ही नाम ते आया गए मुसकत काल, जिन्ही नाम ते आया गए मुसकत काल, वाहिगुरु जी का खालसा वाहिगुरु जी की फतेह, वाहिगुरु जी का खालसा वाहिगुरु जी की फतेह।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ।